बड़े होंगे, तेरे आंदे कड़ाक बड़े होंगे, मदे ते मैया ऊनी आउणगे। की भाजी जनून सिर ते सवार होया सी बाहर जाण दा, अज तो 15 साल पहला इत्थे आया बाहर जाण वास्ते, पैसे जमा करवाए ने ते इन्हां ने मैनूं कहा यार तेरा कल वीजा आ जाएगा। उदों दा मेरा वीजा आउण दिया ते मैं वीजे नूं उड़ीकण दिया, ना मेरा वीजा पिया आउंदा वे, ना मैं बाहर जा सकना वा, 15 साल हो गए ने इत्थे सफाइयां पिया करना वा, पता नहीं कदों मेरा वीजा आना ने ते कदों मैं बाहर जाना वा। चल कोई नहीं भरावा, दोवें इकट्ठे की हो गए, घबराना नहीं मेरे होंदिया। माड़ी गल सुनो ना, क्या होने तुसा, तुसा मी की स्याणा है, इसकी स्याणी नहीं, ये कौन है, ये कुछ ना पुत्र, इंग्लैंड। मैं भी जाना इंग्लैंड। अच्छा अच्छा, बाहर जाना, बाहर बाहर जाना जी हां, दोवन जाना जी हां, बड़ा मुंह करो, लो जी चलो बाहर खोती दे बच्चे, चवलो जान दे, थोड़ा जा जोर होर ला के सटी अपने घर ही सटी छोड़ना। हां यार मैं नुकरे आला टूटी वजाई की न खोती भी सजाई की न टोल वजाओ वजाओ नाले बैं मैं जुले इंग्लैंड। साल इंतजार करना पैना, 15 साल लग सन, ना ना मैं ना जा सक, 15 साल जाने ना लग सन, वापसी 30 साल लग सन, छत पर बैठे हुए ना बंदे की कहने सिर ना चुकी अपने मत्थे पर दरख्त वजनी हो गया पिछे रंग लाल कौन देगा। मीर आदमी मैं देसा कमीशन, कमीशन कदों देगा, सुबह की शामी। चल जिथे अगे दो बंदे ने दित्ती है कि तीजा भी सही, सुबह 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 नहीं, निर्णय पैट मैं नहीं लेंदा, कमीशन जिहड़ी है ना तू 12 बजे दे, तू कमीशन लैणी कि साडे कोलों ढिड पीड़ दी दवाई लैणी है, कमीशन लैणी, कमीशन बैठ के यार बड़े मसले बने हुए ने, की मसला बने, यकीन कर यार मी इन्नी गर्मी लगनी है ना यार, दिन दे टाइम बड़ी यार प्रॉब्लम होई ना यार, की होया रोटी खाना ना जिस वेले, रोटी खान तो बाद मी की बहुत भूख नहीं लगनी यार। अच्छा
ਬੜੇ ਮਸਲੇ ਬਣੇ ਹੋਏ ਤੁਸੀਂ ਰੋਟੀ ਨਾ ਖਾਇਆ ਕਰੋ ਤੁਹਾਡਾ ਮਸਲਾ ਹੱਲ ਹੋ ਸਕਦਾ ਕਿਵੇਂ ਤੁਸੀਂ ਸਵੇਰੇ ਸਵੇਰੇ ਜਾ ਕੇ ਨਾ ਗੋਰਮੇ ਤੋਂ ਛਿੱਤਰ ਖਾਇਆ ਕਰੋ ਰੋਟੀ ਖਾਣ ਨਾਲ ਕੀ ਹੁੰਦਾ ਭੁੱਖ ਨਹੀਂ ਲੱਗਣੀ ਦੁਬਾਰਾ ਆ ਤੂੰ ਐਸਾ ਨਾ ਕਰੀ ਗੋਲੀਆਂ ਲਾਈ ਆ ਹਾਂ ਰਾਤ ਨੂੰ ਧੁੱਪੇ ਬੈ ਕੇ ਖਾਣੀ ਆ ਇਹ ਰਾਤ ਨੂੰ ਕਿਹੜੀ ਧੁੱਪ ਨਿਕਲਣੀ ਹੈ ਤੁਹਾਡੀ ਮਾਂ ਜਿਹਨੇ ਚੰਨ ਚੜਾ ਸਕਦੀ ਰਾਤ ਨੂੰ ਧੁੱਪ ਨਹੀਂ ਨਿਕਲ ਸਕਦੀ ਅਨੀ ਦੇਓ ਕਿਉਂ ਨਹੀਂ ਸਮਝਾਣਾ ਆਪਣੀ ਮਾਂ ਕੀ ਹੈ ਹਾਂ ਉਹਦੀ ਵਾਰੀ ਆਈ ਤਾਂ ਆਪਣੀ ਮਾਂ ਕੀ ਹੈ ਤੇਰੀ ਮਾਂ ਕੀ ਹੈ ਨਹੀਂ ਹੋਰ ਕੀ ਮੇਰੀ ਅਮਾ ਇਸ ਨਾਲ ਨਹੀਂ ਆਈ ਨਹੀਂ ਉਸਰਾਂ ਦੀ ਹੈ ਉਸਰਾਂ ਦੀ ਆਈ ਨਹੀਂ ਇੰਨੀ ਸਿੱਧੀ ਹੈ ਦੱਸ ਰਾ ਓਏ ਹੋਏ ਯਾਰ ਦੋਸਤਾਂ ਦੀ ਇੰਨੀ ਕਦਰ ਕਰਦੀ ਹਾਂ ਆ ਬੰਦਾ ਘਰ ਜਾਏ ਨਾ ਔਰ ਰੋਟੀ ਦਿੰਦੀ ਮਾਂ ਨੂੰ ਜੀ ਅੱਛਾ ਜੀ ਹਾਂ ਬੰਦਾ ਜਾਏ ਗਰਮ ਕਰਕੇ ਦਿੰਦੀ ਕੁਰਸੀ ਰੱਖ ਕੇ ਦਿੰਦੀ ਹੱਤਾ ਕੇ ਮੰਜੀ ਡਾਹ ਕੇ ਦਿੰਦੀ ਅੰਗਰੇਜ਼ ਹੋ ਹਾਂ ਉਧਰ ਚੱਲ ਅੰਗਰੇਜ਼ ਵੈਸੇ ਅੰਗਰੇਜ਼ਾਂ ਨੇ ਸੂਰ ਰੱਖੇ ਹੋਏ ਨਾ ਤੁਹਾਡੇ ਘਰ ਦੇ ਵਿੱਚ ਅੱਛਾ ਆਪਣਾ ਸੰਗੀ 에ਅਰਪੋਰਟ ਉੱਪਰ ਲੱਗਿਆ ਹੈ ਹਾਂ ਹਾਂ ਸੰਗੀਆ ਹੁਣ ਬਾਹਰ ਚਲਾ ਨਾ ਯਾਰ ਟਿਕਟ ਲੈ ਕੇ ਦੇਣਾ ਸੱਸੀ ਹਾਂ ਚਲਾ ਪਹਿਲੇ ਅੰਦਰ ਤੇ ਕਰ ਲੈਂ ਉਧਰ ਚੱਲ ਬਾਹਰ ਚਲਾ ਅੰਦਰ ਤੇ ਕਰ ਲੈਂਦੇ ਕੀ ਹੋਇਆ ਫਿਰ ਟਿਕਟ ਟਿਕਟ ਦੇਣਾ ਕੋ ਟਿਕਟ ਨਾ ਯਾਰ ਕੀ ਮਜ਼ੇ ਆਉਂਦੇ ਸੀ ਬਚਪਨ ਦੇ ਵਿੱਚ ਹਾਏ ਯਾਰ ਓਏ ਹੋਏ ਹੋਏ ਯਾਰ ਪਤਾ ਸੀ ਇਕੱਠੇ ਖੇਡਣਾ ਕਰਨਾ ਹਾਂਜੀ ਇਕੱਠਿਆਂ ਸੌਣਾ ਕਰਨਾ ਹਾਂ ਸਵੇਰੇ ਸਵੇਰੇ ਉੱਠਣਾ ਕਰਨਾ ਹਾਂਜੀ ਨਾਲ ਤੇ ਬਹਿਣਾ ਕਰਨਾ ਤੇਰਾ ਮੂੰਹ ਅੰਜ ਨੂੰ ਹੋਣਾ ਮੇਰਾ ਵੀ ਅੰਜ ਨੂੰ ਹੋਣਾ ਬੜੇ ਮਜ਼ੇ ਆਣੇ ਕਰਨੇ ਓਏ ਹੋਏ ਹੋਏ ਜੇ ਦੋਵਾਂ ਦੇ ਇੰਜ ਨੂੰ ਹੁੰਦਾ ਸੀ ਤੇ ਫਿਰ ਕਿਨੂੰ ਉਹ ਸੌਰੀ ਭਾਈ ਪਿੱਛੇ ਭਾਈ ਸੌਰੀ ਭਾਈ ਨਹਿਰ ਟੀਆਂ ਜੋ ਜਾਂਦੇ ਹੁੰਦੇ ਹਾਂ ਨਹਿਰ ਦੇ ਵਿੱਚ ਪਤਾ ਤੂੰ ਨਹਿਰ 'ਚ ਛਾਲ ਮਾਰੀ ਬੜਾ ਮਜ਼ਾ ਆਇਆ ਮੈਂ ਧੋਤੀ ਪਾਈ ਮੈਂ ਟਾਲੀ ਤੇ ਚੜਿਆ ਆਹਾ ਮੇਰੀ ਧੋਤੀ ਉੱਤੇ ਅੜ ਗਈ ਤੂੰ ਕਹਿ ਪਹਿਲੀ ਨਹੀਂ ਵੇਖਿਆ ਟਾਲੀ ਨੂੰ ਬੇਰ ਲੱਗੇ ਪਤਾ ਹੀ ਬੜੇ ਮਜ਼ੇ ਜਦੋਂ ਪਤਾ ਹੀ ਡੇਰੇ ਤੇ ਫੁੱਲ ਧੁੰਦਾ ਪੈਂਦੀਆਂ ਹੁਣ ਇੱਕੋ ਮੰਜੀ ਇੱਕੋ ਰਦਾਈ ਨਹੀਂ 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 ਉਧਰ ਚਾਲੋ ਉਧਰ ਚਾਲੋ ਉਧਰ ਚਾਲੋ ਅਸੀਂ ਇਕੱਠੇ ਸੁੱਤੇ ਇਕੱਠੇ ਸੁੱਤੇ ਮਤਲਬ ਕਿ ਫਾਸਾ ਲੈ ਤੂੰ ਲਿਆ ਮੈਂ ਕਿਹਾ ਸਾਹ ਲੈ ਤੂੰ ਕਿ ਨਹੀਂ ਹੁੰਦਾ ਮੈਂ ਕਿਹਾ ਆ ਲੈ दूर लुके खेडने करने गोली पिला दो खेडना करना मैं गोरिया करके खुती च बंटा सुटा कहना भी मैं मर गया ਬੰਟੇ ਹਾਰ ਗਏ ਹਨ ਸਾਰੇ ਓ ਖਾਬੇ ਬੰਟੇ ਓਏ ਮੈਨੂੰ ਲੱਗਦਾ ਹਾਂ ਇਹਨੇ ਤੈਨੂੰ ਰਗੜੇ ਆ ਨਹੀਂ ਨਹੀਂ ਤੇ ਬਚਪਨ ਚ ਤੁਸੀਂ ਕਿਧਰੇ ਕੁਸ਼ਤੀਆਂ ਕਰਦੇ ਰਹੇ ਉਹਨੇ ਤੈਨੂੰ ਥੱਲੇ ਰੱਖ ਕੇ ਰਗੜੇ ਆ ਹਾਂ ਇਸ ਤਰ੍ਹਾਂ ਕਹਿਣਾ ਓਏ ਹੋਏ ਕਿੰਨੇ ਮਜ਼ੇ ਆ ਬੜੇ ਮਜ਼ੇ ਆ ਤੇ ਯਕੀਨ ਕਰ ਯਾਰ ਕਿਤੇ ਆਉਂਦੇ ਰਹੇ ਕਿ ਮੈਂ ਤੇ ਵੇਂਦਾ ਹੀ ਰਿਹਾ ਹਾਂ ਯਕੀਨ ਕਰ ਤੂੰ ਪਰਲੀ ਮੰਜੀ ਤਾਂ ਤਾਂ ਤੈਨੂੰ ਨਹੀਂ ਨਾ ਆਏ ਯਕੀਨ ਕਰ ਤੁਹਾਡੇ ਮੱਲੇ ਦੇ ਵਿੱਚ ਭੂੰਡੀ ਬੜੀ ਹੋਣੀ ਸੀ ਓਏ ਹੋਏ ਤੂੰ ਤੇ ਘਰ ਹੀ ਨਹੀਂ ਹੋਣਾ ਸੀ ਚੰਗੀ ਵਾਲੇਕੁਮ ਸਲਾਮ ਜੀ ਓਏ ਐ ਕਰਨ ਹੈ ਸਫਾਈਆਂ ਸਫਾਈਆਂ ਅੱਗੋਂ ਦੇਖ ਤੇ ਲੈ ਨਾ ਅੱਗੋਂ ਵੇਖ ਕੀ ਕਰਨ ਆ ਤੂੰ ਮੇਰੇ ਅੱਗੇ ਆਣ ਦੀ ਆਸ ਹੈ ਤੇ ਅੱਗੋਂ ਹੀ ਹੋਣਾ ਨਹੀਂ ਸਫਾਈ ਚੱਲ ਬਕਵਾਸ ਨਾ ਕਰ ਲੱਗੀ ਫੜਫੜੀ ਸ਼ਾਨ ਆਏ ਕਿਉਂ ਵੱਡਾ ਮੋਟਾ ਦੁੱਧ ਨਹੀਂ ਪੀਂਦਾ ਓ ਨਹੀਂ ਬਤਮੀਜ਼ ਅੱਜ ਮੈਂ ਛੁੱਟੀ ਕਰਨਾ ਚਾਹਨੀ ਆ ਅੱਛਾ ਪਰੇਸ਼ਾਨ ਨੇ ਨਾਲ ਤੇ ਨਹੀਂ ਘੁੱਟ ਕੇ ਬਣ ਬੈਠੀ ਅੱਛਾ ਕੀ ਛੁੱਟੀ ਕਰਨਾ ਚਾਹਨੀ ਹਾਂਜੀ ਤੁਹਾਡੀ ਇਹ ਹੀ ਮੁਸੀਬਤ ਹੈ ਛੁੱਟੀ ਕਿਉਂ ਤੁਹਾਡੇ ਨਾਲ ਖੁਸਰਾ ਚੰਗਾ ਛੁੱਟੀ ਤੇ ਨਹੀਂ ਨਾ ਹੁੰਦੀ ਅੱਛਾ ਅੱਛਾ ਹੋਰ ਸੁਣਾ ਮੈਂ ਠੀਕ ਹਾਂ ਅੱਜ ਬੜੀ ਸੋਹਣੀ ਲੱਗਣ ਲਈ ਥੈਂਕ ਯੂ ਮੇਰੇ ਨਾਲ ਥੋੜੀ ਸੋਹਣੀ ਲੱਗਣ ਲਈ ਅੱਛਾ ਆ ਮੇਰੇ ਖੜੋ ਕੋਲ ਖੜਿਆ ਕਰ ਕਿਉਂ ਮੈਨੂੰ ਨਜ਼ਰ ਨਾ ਲੱਗੇ ਹਾਂਜੀ ਸੱਚਾ ਹੈ ਅੱਛਾ ਚੱਲ ਇਹ ਸਾਰੀਆਂ ਗੱਲਾਂ ਛੱਡ ਤੇ ਯਾਰ ਮੈਂ ਛੁੱਟੀ ਕਰਨਾ ਚਾਹਨੀ ਆ ਪਹਿਲਾਂ ਵਿਆਹ ਕਰ ਲੈ ਮੇਰੇ ਨਾਲ ਪਰ ਜਾਂ ਮੈਂ ਤੇ ਨਾ ਕਰਦੀ ਬਣਨੀ ਆ ਵਿਆਹ ਕਿਉਂ ਨਹੀਂ ਤੂੰ ਮੇਰੇ ਸਟੈਂਡਰਡ ਦੇ ਨਾ ਕੀ ਮੇਰਾ ਆਪਣਾ ਬੁਰਸ਼ ਹੀ ਜ਼ਾਤੀ ਵਿਆਹ ਕਰਾ ਵਿੱਚੋਂ ਕੰਮ ਕਾ ਅੱਛਾ ਵਿਆਹ ਕੀ ਹੁੰਦਾ ਹੈ ਤੂੰ ਮੇਰੀ ਸ਼ਕਲ ਤੇ ਨਾ ਜਾ ਉਹ ਸ਼ਕਲ ਤੇ ਤੂੰ ਕਪੜਾ ਪਾ ਲੈ
ਵਿਆਹ ਕਰਾਣਾ ਵਿਆਹ ਹੁੰਦਾ ਹੀ ਹੈ ਜੀ ਸਮਝ ਕੇ ਜਿਵੇਂ ਘਰ ਚ ਇਕੱਠੀ ਕਣਕ ਨਹੀਂ ਸਟਾਈ ਦੀ ਹਾਂ ਵਿਆਹ ਵੀ ਹੈ ਜੀ ਹੁੰਦਾ ਯਾਰ ਨਹੀਂ ਮੈਨੂੰ ਸਮਝਾ ਵਿਆਹ ਇੱਕ ਹੁੰਦਾ ਲਾੜਾ ਅੱਛਾ ਇੱਕ ਹੁੰਦੀ ਵੋਟੀ ਅੱਛਾ ਫੇਰ ਲਾੜਾ ਵੋਟੀ ਨੂੰ ਵਿਆਹ ਕੇ ਆਪਣੇ ਘਰ ਲੈ ਕੇ ਆਉਂਦਾ ਫੇਰ ਇੱਕ ਮਾਈ ਬੂਹੇ 'ਚ ਤੇਲ ਚੋਂਦੀ ਇਹ ਮਾਈ ਤੇਲ ਕਿਉਂ ਚੋਂਦੀ ਏ ਕਹਿੰਦੀ ਇਹ ਬੂਹਾ ਚੀਕਾ ਨਾ ਮਾਰੇ ਅੱਛਾ ਫੇਰ ਫੇਰ ਦੋਵੇਂ ਜਾਂਦੇ ਨੇ ਕਮਰੇ 'ਚ ਲਾੜਾ ਕੁੰਡੀ ਲਾ ਕੇ ਬੈੱਡ ਤੇ ਬਹਿ ਕੇ ਐਡਾ ਦੁੱਧ ਦਾ ਗਲਾਸ ਪੀਂਦਾ ਉਹ ਦੁੱਧ ਕਿਉਂ ਪੀਂਦਾ ਹੈ ਕਹਿੰਦਾ 5 ਲੱਖ ਲਾ ਕੇ ਵੀ ਚਾਹ ਹੀ ਪੀਣੀ ਤੇ ਲੱਖ ਲਾਣਾ ਤੇ ਮਿਲਦੇ ਅੱਛਾ ਉਹ ਨਾਲੇ ਇਸ ਤੋਂ ਪੀਂਦਾ ਕਹਿੰਦਾ ਅੱਗੋ ਸਾਰੀ ਜ਼ਿੰਦਗੀ ਬੱਚੇ ਹੀ ਪੀਣਾ ਅੱਛਾ ਫੇਰ ਫੇਰ ਬਹਿਨੇ ਦੋਵੇਂ ਬੈੱਡ ਤੇ ਅੱਛਾ ਫੇਰ ਲਾੜਾ ਫਿਰ ਸ਼ਰਵਾਲ ਵਾਲੀ ਜੇਬ 'ਚ ਕੱਢਦਾ ਤਾਸ਼ ਤਾਸ਼ ਅੱਛਾ ਫੇਰ ਤਾਸ਼ ਖੇਡਦੇ ਨੇ ਹਾਂ ਲਾੜਾ ਪਹਿਲੀ ਬਾਜ਼ੀ ਲਾਂਦਾ ਅੱਛਾ ਫਿਰ ਦੂਜੀ ਬਾਜ਼ੀ ਲਾਂਦਾ ਅੱਛਾ ਫਿਰ ਉਹਦੀ ਉਲਟ ਬਾਜ਼ੀ ਲੱਗ ਜਾਂਦੀ ਉਲਟ ਬਾਜ਼ੀ ਲੱਗ ਫੇਰ ਉਹ ਭਲਾ ਕਿਉਂ ਲੱਗਦੀ ਕਿਉਂ ਉਹਦੇ ਪੱਤੇ ਸ਼ੋ ਹੋ ਜਾਂਦੇ ਪੱਤਿਆਂ ਦਾ ਪਤਾ ਹੀ ਨਹੀਂ ਇਹ ਦੋ ਗੋਲੇ ਤੇ ਕੀ ਜੱਕਾ ਹੁੰਦਾ ਅੱਛਾ ਹਮ ਮਸਾਲ ਨਹੀਂ ਸੁਣੀ ਗੋਲੇ ਜੁੱਡੇ ਮਰਜ਼ੀ ਵੱਡੇ ਹੋਣ ਰਹਿੰਦੇ ਜੱਕੇ ਦੇ ਥੱਲੇ ਹੀ ਅੱਛਾ ਯੱਕਾ ਮੈਂ ਯੱਕਾ ਵੇਖਣਾ ਯੱਕਾ ਵੇਖਣਾ ਹਾਂ ਇੱਕ ਛੱਤੇ ਵਾਵਾਂਗਾ ਉਹ ਕਿਸ ਤਰ੍ਹਾਂ ਪਹਿਲੇ ਆਪਣੇ ਚਿੜੀਏ ਦੀ ਦੁੱਕੀ ਸ਼ੋ ਕਰਾ ਉੱਤੇ ਮਾਰਾਂਗੇ ਯੱਕਾ ਫਿਰ ਨਿੱਕੇ ਨਿੱਕੇ ਗੋਲੇ ਹੋਣਗੇ ਵਿਆਹ ਕਰਾ ਵਿੱਚੋਂ ਕੰਮ ਮੁਕਾ ਉਹ ਮੈਂ ਨਹੀਂ ਕਰਵਾਉਣਾ ਵਿਆਹ ਕਿਉਂ ਮੈਂ ਕਿਸੇ ਮੀਰ ਬੰਦੇ ਨਾਲ ਕਰਵਾਉਣਾ ਮੀਰ ਬੰਦੇ ਨਾਲ ਹਾਂ ਇਹ ਕਿੰਨੇ ਕੁ ਪੈਸੇ ਲੈਣਗੇ ਵਿਆਹ ਕਰਾਉਣ ਦੇ ਮੈਂ 5 ਲੱਖ ਕਿੰਨਾ 5 ਲੱਖ ਇੱਕ ਇੱਕ ਲੱਖ ਦੀ ਤੇਰੀ ਇੱਕ ਇੱਕ ਅਦਾ ਹੈ ਅੱਛਾ ਤੈਨੂੰ ਮੈਂ 10 ਲੱਖ ਦਿਆਂਗਾ ਅੱਛਾ 20 ਰੁਪਏ ਮਹੀਨੇ ਦੀ ਕਿਸ਼ਤ ਕਰ ਦੇ ਮਨਜ਼ੂਰ ਓਏ ਜਾ ਬਕਵਾਸ ਨਾ ਕਰ ਹਾਂ ਕਿਉਂ ਹਾਂ ਵੈਸੇ ਨਾ ਤੇਰੇ ਦੰਦ ਬੜੇ ਸੋਹਣੇ ਨੇ ਅੱਛਾ ਦਿਲ ਕਰਦਾ ਮੌਕਾ ਮਾਰ ਕੇ ਭੰਨਦੇ ਆ ਬੁਰਸ਼ ਕਿਹੜਾ ਇਸਤੇਮਾਲ ਕਰਦੇ ਮੈਂ ਕੋਲਗੇਟ ਕਿਹੜਾ ਕੋਲਗੇਟ ਅੱਛਾ ਉਹ ਵੀ ਚੰਗਾ ਹੈ ਜਾ ਜਾ ਵੀ ਉਹ ਵੀ ਚੰਗਾ ਕੋਲਗੇਟ ਵੀ ਚੰਗਾ पहले मैं करा तू कर लिया जी बिस्मिल्ला कैसी है आप पहली बार किसी कुड़ी ने कहा कैसे हैं आप आप कितने खूबसूरत हैं एक गल इन च भी कोई नहीं बन रहा मैं क्या हूं याद दी मनो ना मनो या अन्नी है तो या इन्हें बिजली का बिल आया मैं क्या हूं आप बहुत खूबसूरत है की हम दे नहीं उपहार कहने नहीं कहती बहुत खूबसूरत है हाँ। तू रोजी दे अड्डे से खलोती है दस मैं खूबसूरत हूं अब ओरिजिनल बैंड पेश की ना तुमने उनमें पता है ਇਹਨੇ मैं आया हूं कुस्तुंतुनिया से अच्छा आप बाहर से आए हैं नहीं नहीं
ਜੋਰ ਨੇ ਕਿਹਾ ਹੋਵੇ ਕਿ ਨਕਸ਼ੇ ਤੇ ਨਾ ਕੁਸਤੰਤਨੀਆ ਇਹ ਪਾਕਿਸਤਾਨੀ ਕੌਮ ਹੈ ਨਾ ਇਹ ਗੱਲ ਉਧਰ ਲੈ ਜਾਂਦੇ ਨੇ ਤੇ ਸਮਝ ਤੈਨੂੰ ਵੀ ਲੱਗ ਗਈ ਹੈ ਐ ਕਹਿਣਾ ਕੁਸਤੰਤਨੀਆ ਕਾ ਉਹ ਕੁਸਤੰਤਨੀਆ ਕੁਸਤੰਤਨੀਆ ਨਹੀਂ 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 ਇੰਜ ਨਹੀਂ ਉਤਲਾ ਬੋਲ ਕਾਸ ਕੇ ਥੱਲਾ ਢੇਲਾ ਚੜ ਗਿਆ ਕੁਸਤੰਤਨੀਆ ਤੇਰਾ ਬਣਾ ਆ ਗਿਆ ਕਰੀ ਇੰਜ ਕੁਸਤੰਤਨੀਆ ਕੋਈ ਤਾਂ ਮੂਵੀ ਹੋ ਜਦਾ ਹੀ ਅੱਛਾ ਮੈਂ ਗੱਲ ਕਰ ਰਿਹਾ ਸੀ ਆਪਣੇ ਭਰਾਵਾਂ ਦੀ ਹਾਂਜੀ ਸੱਤ ਦੇ ਸੱਤ ਇੰਨੇ ਕ ਕਾਲੇ ਦਰਜਾ ਹਰਾਰਤ ਉਤਾਂ ਆਏ ਆਏ ਇੰਨੇ ਕਾਲੇ ਸਾਡੇ ਘਰ ਇੱਕ ਵਾਰੀ ਡਾਕੂ ਆ ਗਿਆ ਅੱਛਾ ਫੇਰ ਉਹਨੇ ਲੁੱਟਿਆ ਕੁਛ ਨਹੀਂ ਅੱਛਾ ਕਿਉਂ ਸਾਨੂੰ ਕਰੀਮਾਂ ਲਿਖ ਕੇ ਦੇ ਗਏ ਅਗਲੇ ਦਿਨ ਅਸੀਂ ਪਹੁੰਚੇ ਆ ਮੈਡੀਕਲ ਸਟੋਰਾਂ ਤੇ ਅੱਛਾ ਨਹੀਂ ਲੱਭੀ ਇਹ ਵੀ ਸੁੱਤਾ ਸੀ ਇਹਨਾਂ ਇਹਦੇ ਵਾਲ ਤੇ ਮੂੰਹ ਤੇ 5000 ਵਾਟ ਦਾ ਬਲਬ ਲੱਗਾ ਸੀ ਅੱਛਾ ਡਾਕੂ ਫੇਰ ਕਿਨੇ ਆ ਬਲਬ ਵਿਕਣੇ ਸੁੱਤਾ ਕਿ ਜਾਗਦਾ ਹੈ ਇਹ 5000 ਵਾਟ ਦਾ ਬਲਬ ਤੇਰੀ ਦਾਦੀ ਦੀ ਫੈਕਟਰੀ ਚ ਬਣਦਾ ਹੈ ਹੁੰਦਾ ਹੈ ਖਾਨਾ ਖਰਾ ਆਪਣੇ ਮਾਂ ਪਿਓ ਨੂੰ ਇਕੱਠਾ ਬਣ ਕੇ ਕਹਿੰਦਾ ਇਹ ਮੈਂ ਹਾਂ ਇਹ ਮੇਰੀ ਅੰਮੀ ਹੈ ਇਹ ਮੇਰਾ ਅੱਬੂ ਸਾਨੀ ਦਾ ਪੱਕਾ ਰਹਿ ਮਾਈ ਪਾਰਟੀ ਹੋ ਰਹੀ ਮੋਤੀ ਦਾ ਬੱਚਾ ਐਡੀ ਕੋਣੀ ਸਾਨੀ ਦਾ ਭੌਂਡੀ ਹੱਸਣ ਦੀ ਹੋਰ ਬਹੁਤ ਪਿਆਰੀ ਹੈ ਆਪਰੇ ਲਈ ਜੀ ਸ਼ੁਕਰੀਆ ਨਾਮ ਕੀ ਆਪਕਾ ਮੇਰਾ ਨਾਮ ਓ ਨਬੀਲਾ ਇੱਕ ਦੂਸਰੇ ਦਾ ਕੀ ਨਾਮ ਹੈ ਲੈ ਹਲੋ ਆ ਨਹੀਂ ਨਹੀਂ ਸਮਝ ਗਿਆ ਚੌਥੀ ਚ ਨਹੀਂ ਪੜਦੇ ਹਲੇ ਗੱਲ ਪੂਰੀ ਹੁੰਦੀ ਨਹੀਂ ਪਹਿਲੇ ਕਿੰਦਰੇ ਐ ਚਿੱਟੇ ਦੇ ਗਿਆ ਹੀ ਤੇ ਟ੍ਰਾਂਸਲੇਟ ਤੇ ਕਰ ਲੈਂਦੇ ਨੇ ਕਿਹੜੀ ਗੱਲ ਸਾਲਾ ਜਹਾਜ਼ ਦੇ ਵਿੱਚ ਇੱਕ ਬੰਦੇ ਤੇ ਜਹਾਜ਼ ਤੇ ਬੈ ਗਏ ਤੇ ਰੋਲਾ ਪਾ ਰਿਹਾ ਮੈਂ ਬਾਹਰ ਜਾਣਾ ਉਹਨੇ ਕਿਹਾ ਜਿੱਥੇ ਤੂੰ ਬੈਠਾ ਇਹਨੇ ਅੰਦਰ ਜਾਣਾ ਅੱਛਾ ਮੈਨੇ ਚੱਲੇ ਚਨਿਓਟ ਕਿੱਥੇ ਚਨਿਓਟ ਦਾਰੀ ਹਟ ਜਾ ਸਾਲਿਆ ਇੱਥੇ ਕੀ ਜਾਣਾ ਹੈ ਕੀ ਬਾਹਰ ਜਾਣਾ ਛੋਟੀ ਬੈਠਕ ਹਾਂਜੀ ਵੱਡਾ ਬਰਾਮਦਾ ਬਾਬਾ ਜੀ ਆਰਾਮ ਦਾ ਗੱਲ ਬਣ ਗਈ ਮੈਂ ਵੈਸੇ ਕੀਤੀ ਸਰ ਬਣ ਗਈ ਚੰਗਾ ਹੋ ਗਿਆ ਔਰ ਮੈਂ ਦਵਾਈ ਸੀ ਸਿਹਤ ਤਬੀਅਤ ਬੱਜਾ ਕਿਉਂ ਆਇਆ ਬਾਹਰ ਬੱਜਾ ਹਾਂ ਬਾਹਰ ਬਾਹਰ ਆਇਆ ਨਾ ਜੀ ਜੀ ਬਾਹਰ ਬੱਜਾ ਬਿਲਾ ਬੱਜਾ ਕਿਆ ਮੈਂ ਆਪਸੇ ਇੰਗਲਿਸ਼ ਮੇਂ ਕੁਝ ਕਹਿ ਸਕਤਾ ਹੂੰ ਜੀ ਕੈਨ ਆਈ ਸੇ ਸਮਥਿੰਗ ਟੂ ਯੂ ਇਫ ਯੂ ਡੋਨਟ ਮਾਈਂਡ ਦੈਨ ਆਈ ਵਿਲ ਸੇ ਓਕੇ ਉਹਨੂੰ ਇੰਨਾ ਪਤਾ ਹੀ ਨਹੀਂ ਅੰਨੀ ਦੇ ਕਿਉਂ ਪਤਾ ਹੁੰਦਾ ਤੇਰੇ ਗੱਲ ਨਾ ਪੈ ਜਾਂਦੀ ਵਾਹ ਯੂ ਆਰ ਟੋਟਲੀ ਗੰਦੇ ਮਿਸ ਲਵ ਆਈ ਸਵੇਰ ਯੂ ਆਰ ਸੋ ਕਿਊਟ ਥੈਂਕ ਯੂ ਕੈਨ ਆਈ ਸੇ ਸਮਥਿੰਗ ਟੂ ਇਫ ਯੂ ਡੋਨਟ ਮਾਈਂਡ ਦੈਨ ਆਈ ਵਿਲ ਸੇ ਓਕੇ ਆਰ ਯੂ ਰੈਡੀ ਜੀ ਲੌਕ ਕਰ ਦਈਏ ਜਾ ਜਾ ਮਾਰ ਲੌਕ ਕਰ ਕੇ ਆ ਪਤਾ ਕੀ ਕਹਿੰਦਾ ਪਿਆ ਕੀ ਕਹਿੰਦੇ ਕਹਿੰਦਾ ਮੈਂ ਵੱਡੇ ਆਪਰੇਸ਼ਨ ਨਾਲ ਹੋਇਆ ਹਾਂ ਸੁਹਾਗ ਰਾਤ ਰਹੀ ਬੀਵੀ ਦੇ ਕਮਰੇ ਚ ਵੜਿਆ ਉਹਨੇ ਮਾਰੀ ਸੀਨੇ ਚ ਲੱਤ ਤੇ ਪਿੱਛੇ ਡਿੱਗਾ ਸ਼ਰਮਿੰਦਾ ਨਹੀਂ ਹੋਇਆ ਉੱਠ ਕੇ ਸਨੀ ਦੀ ਓਲ ਬਣ ਗਿਆ ਕਹਿੰਦਾ ਕਾਜਲ ਇਹ ਨਾ ਤਾਂ ਨੇ ਤਿਆਰ ਛੋੜੇ ਚਲਾਣਾ ਨਹੀਂ ਭੁੱਲੇ ਇਹ ਕੀ ਗੱਲ ਹੈ ਮੋਤੀ ਦੇ ਬੱਚੇ ਆ ਇੱਥੇ ਆ ਚੌਂਕ ਚੌਂਕ ਚ ਆ ਰਿਹਾ ਸਾਲੇ ਇੱਥੇ ਪੂਰਾ ਢੋਲੀ ਚ ਆ ਗਿਆ ਕਾਂਦਾ ਕਰਾ ਆਪਣੇ ਔਰ ਆਪ ਕਿਸੇ ਮੈਂ ਠੀਕ ਅੰਨੇ ਬੰਦੇ ਤੇ ਉਹਨੇ ਮਾਰ ਖਾਦੀ ਉਹ ਕਿਉਂ ਉਹਨੂੰ ਕਹਿੰਦਾ ਕੋ ਮਕਾਨ ਨਜ਼ਰ ਚਵੇ ਤੇ ਦੱਸੀ ਲੈ ਇਹਨੇ ਲੰਗੜੇ ਕੋਲ ਮਾਰ ਖਾਦੀ ਅੱਛਾ ਹੋ ਗਿਆ ਉਹਨੂੰ ਕਹਿੰਦਾ ਦੌੜ ਲਾਈਏ ਬੈਠ ਜਾ ਜਿੱਥੇ ਮਰਜ਼ੀ ਇੱਕੋ ਜਿਹਾ ਗੁਨਾਹ ਹੋਣਾ ਜੁਗਤਾ ਕਹੇ ਕੋ ਭੈਣ ਪੇਸ਼ ਕਰੇਗਾ ਤੈਨੂੰ ਕਰਾਂਗਾ ਮੈਂ ਤੇ ਚੱਲ ਕਰ ਮੈਂ ਤੇ ਕਰ ਨਹੀਂ ਨਹੀਂ ਕਰ ਕੋਈ ਭਾਂਡਾ ਲੱਭਾ ਤੇ ਭੈਣ ਦੀ ਬਣਾਉਣ ਲਾਇਆ ਕਹਿੰਦੇ ਲੂਣੇ ਪਾ ਦੋ ਇਧਰ ਮਿੱਠੇ ਪਾ ਸਿੱਧੀਆਂ ਗੱਲਾਂ ਕਹੇ ਤੈਨੂੰ ਜਾਪੇ ਤੇ ਜਾਣ ਦੇ ਮੈਂ ਕਿੱਧਰ ਕਹਿੰਦਾ ਕਮੇਟੀ ਦੇ ਮੈਂ ਬੁੱਢੀ ਦੇ ਕੇ ਆਈ ਕਹਿੰਦਾ ਅਗਲੀ ਦੇ ਕੇ ਮੈਂ ਪਿਛਲੀ ਦੇਣ ਚੱਲਾਂ ਪੀਜ਼ਾ ਲੈਣ ਗਿਆ ਨਾ ਭੁੱਲ ਕਹਿੰਦਾ ਉਹ ਰੋਟੀ ਦੇ ਜਿਹਨੂੰ ਫੋੜੇ ਨਿਕਲੇ ਹੁੰਦੇ ਅਸਲਾਮੁਅਲੈਕੁਮ
ਮਾਲਕ ਨਿੱਛ ਮਾਰੀ ਤੇ ਫਰਗ ਹੋ ਗਿਆ ਇੱਕ ਦੁਨੀਆ ਕੋਈ ਟੁਰ ਗਿਆ ਇੱਕ ਮਿੰਟ ਹੁਣ ਇਹਦੇ ਕੇ ਭੈਣ ਪੇਸ਼ ਕਰ मेरे लिए बेकार है तू अपने मां लो भी आया मेरे लिए बेकार है पिछे बलदा सिगरेट पसा के कहता मैं जुगनू कहो ਇਹਦੇ ਪਿੱਛੇ ਕੁਛ ਵੀ ਨਹੀਂ ਫਸਿਆ ਤੇ ਮੈਨੂੰ ਕਹਿੰਦਾ ਫਸਾ ਓਏ ਓਏ ਮੈਂ ਨਹੀਂ ਸੁਣ ਸਕਦਾ ਤੂੰ ਕਰ ਗਿਆ ਐਡਾ ਤੂੰ ਐਚਬੀਐਲ ਚ ਲੱਗਾ ਹੋਰ ਸਰ ਅੱਲਾ ਸ਼ੁਕਰ ਤੂੰ ਕਿੱਧਰ ਇਹਦੀ ਸ਼ਲਵਾਰ ਪਾੜ ਕਿੱਧਰ ਸੀ ਕੁਛ ਲੱਗਾ ਕਹਿੰਦਾ ਸ਼ਲਵਾਰ ਸੀ ਕਿਦੇ ਹੁਣ ਸੀ ਕੇ ਦਿੱਤੀ ਕਹਿੰਦਾ ਕਿੰਨੇ ਪੈਸੇ ਉਹ ਕਹਿੰਦਾ 300 ਇਹਨੇ 600 ਦਿੱਤਾ ਉਹ ਕਿਉਂ ਕਹਿੰਦਾ ਤੇਰਾ ਰੇਟ ਸੁਣ ਕੇ ਫੇਰ ਪਾੜ ਗਈ ਆ बाजार जा रहा अपनी बुढ़िया कहता बंदे आंगरा तुर उन्हें कमीज ला के मोढ़े तरह ली कंटूर ला के अपने बजुर्गों में जाके कहता मैं कोई कमीज दे मैं कोई हवाई चप्पे देता लगे बंद पहले ब्लड लोन का खबर की कहना नहीं यार सची मुची तू बकायदा टैलेंटेड है साड़ी दुआ है अल्लाह तेनू कामयाबी तो बचाए अल्लाह तेरी भाई तारीफ ते लाण एवें नहीं तेरे चेहरे ते नूर को गल हुंदी सी नहीं ओदे अब्बू दा नाम पा नूर है चलो मैं थोड़ा जि पिछे पता है गल मेरे दोवें पासे गैर मुस्लिम ने जावा फिर किथे जावा जावा किथे जाए के किथे जाने इंदी जुत्ती गवाच के ते जैस दे दफ्तर चला गया कहंदा बंद कर दियो कोई बेन आपको एक गाना डेडिकेट करूंगा जे तू मिल जाए मैनू छिला पा दे तेनू इंजी नहीं मैं गए ना ते बच्चे कुत्ते दे होने नहीं लाहौर गया उथे प्लेट हो गया अपनी बुढ़ी ने फोन करके कहिंदा बंदा वाल नहीं मैं नहीं आना नारवाल टाइम लंघ गया पहली दिया एयरपोर्ट से मैं बारवां छोरा तेरी बेटी बढ़ गया छुआरा तेरे अंदर गड़ी रह गई या तेरी तबीयत जफाकश नहीं हो रही किसे पिछड़ गया हल्का जहा नहीं करे हो नहीं तेरी लाश ना लाश के नहीं होना हर शह आकड़ी होंगी है क्या बात है क्या बात की मैं तेन भले खुआते जे तेरा साढ़े ना तेरे साढ़े का उंज ही बड़ा फर्क है तू हो कौन का बंदा है 1100
ਇੱਕ ਤਾਂ ਬੰਦਾ ਹੈਗਾ ਅੱਲਾਹ ਜਾਣੇ ਉਦੋਂ ਕਿਹੋ ਜਿਹੇ ਮੂੰਹ ਜਾਂ ਕੀ ਰੰਗ ਪਾਤ ਹੁੰਦੀ ਸੀ ਉਹਦੇ ਦੇ ਮਾਂ ਪਿਓ ਦਾ ਨਾਮ ਵੀ ਬੜਾ ਅਜੀਬ ਸੀ ਤੇ ਪਿਓ ਦਾ ਨਾਂ ਸੀ ਕੱਛੂ ਸੱਪਾ ਇਹਦੀ ਵਾਲਦਾ ਦਾ ਨਾਂ ਸੀ ਛਵਾ ਭਾਊ ਉਹ ਗਾਹੇ ਬਗਾਹੇ ਦੀ ਵਾਲਦਾ ਦੇ ਨਾਲ ਜੰਗਲ 'ਚ ਵਿੱਚ ਭਾਊ ਭਾਊ ਕਰਦੀ ਰਹਿੰਦੀ ਸੀ ਫਿਰ ਇਹਦੀ ਇੱਕ ਭੈਣ ਪੈਦਾ ਹੋਈ 40 ਸਾਲ ਬਾਅਦ ਨਗੋੜੀ ਕੈਸੀ ਜਵਾਨੀ ਕੈਸੀ ਜਵਾਨੀ ਹੈ ਆਹਾ ਇਹਨੇ ਉਹਦੇ ਉਦੋਂ 1105 ਦੇ ਵਿੱਚ ਇੱਕ ਵੱਡੇ ਜਿੰਨ ਨਾਲ ਨਜਾਇਜ਼ ਤਲੁਕਾ ਸੀ ਉਹ ਜਿੰਨ ਦਾ ਨਾਂ ਸੀ ਅਰਸਤੂ ਮਰੇਰਾ ਪੂਰਾ ਸ਼ਹਿਰ 1105 ਚ ਹਿਜਰਤ ਕੀਤੀ ਅੱਲਾ ਜਾਣੇ 1105 ਚ ਗੈਰਤ ਹੁੰਦੀ ਸੀ ਜਾਂ ਨਹੀਂ ਸੀ ਹੁੰਦੀ ਇਹਨੇ ਖਾ ਲਈ ਸੀ ਉਦੋਂ ਜਾਂ ਉਹ ਰਿਵਾਜ ਹੁੰਦਾ ਸੀ ਜਾਂ ਨਹੀਂ ਸੀ ਹੁੰਦਾ ਇਹਨੇ ਉੱਤੇ ਸਾਡੇ ਕੱਲਰ ਕੁਹਾੜ ਦੇ ਜੰਗਲਾਂ ਦੇ ਵਿੱਚ 40 ਸਾਲ ਵੱਡੇ ਬਾਂਦਰ ਦੇ ਮੂੰਹ 'ਚ ਮੂੰਹ ਪਾ ਕੇ ਤਪੱਸਿਆ ਕੀਤੀ ਤੇ ਖਲੋਤਾ जिथे मेरा फिर तेरा भी फिर जाएगा छुआरे की बैंक खूब निकाली आपने तेरा उन्हें जेड़ा शेजरा नजर पड़े भावे हो वही ना किताबां सामने ਚਿੱਟਾ ਸੂਟ ਪਾ ਕੇ ਫੇਰ ਚਿੱਟਾ ਸੂਟ ਮਰੇ ਚਿੱਟਾ ਓਏ ਫੇਰ ਇਹਦਾ ਉਮਰ ਲਿਆ ਕਿ ਸ਼ੁਰੂ ਹੋ ਜਾਂਦਾ ਅਸਤਕ ਕਿਸਾ ਨਿਚ ਮਾਰ ਕਿਸਾ ਨਿਚ ਮਾਰਨ ਤੋਂ ਪਹਿਲੇ ਵਰਗਾ ਮੂੰਹ ਜਾਂਦਾ ਬਾਹਰ ਤੇ ਥੋੜਾ ਜਿਹਾ ਪਰਾ ਰਿਹਾ ਟੋਟਲੀ ਚੌਕਸ ਕੁੱਤੀ ਵਰਗਾ ਮੂੰਹ ਜਾਂਦਾ ਮੇਰੇ ਤਾਂ ਚੌਕਸ ਕੁੱਤੀ ਹੈ ਨਾ ਇਹੋ ਜੀ ਖੁਸਰੀ ਕੁੱਤੀ ਹੁੰਦੀ ਹੈ ਅੱਛਾ ਹਾਏ ਹਾਏ ਆਮ ਖੁਸਰਾ ਕੁੱਤਾ ਕਿਵੇਂ ਪੈਂਦਾ ਕਿੰਜ ਕਿੰਜ ਨਾਲ ਦੇ ਕੁੱਤੇ ਨੂੰ ਕਹਿਣ ਦੀ ਹੁੰਦੀ ਹੈ ਅਗਲਾ ਆਂਦਾ ਕੀ ਆ ਅੱਜ ਪਤਾ ਲੱਗਾ ਕੋਸ਼ੀ ਤੂੰ ਵਾਕਈ ਕੁੱਤੀ ਨਸਲ ਦਾ मुकम्मल ਮੋਗਲਾਂ ਦੀਆਂ ਗੰਦੀਆਂ ਟਾਕੀਆਂ ਚੁੱਸਣ ਵਾਲੀ ਔਰਤ ਕੇ ਬੱਚੇ ਵਾਹ ਸ਼ਕੜਗੜ ਟਾਈਮ ਲੰਘ ਗਿਆ ਸ਼ਕੜਗੜ ਅੱਛਾ ਸਾਡੇ ਕੋ ਟਿਕਟ ਸੀ ਸ਼ਕੜਗੜ ਟਾਈਮ ਦੀ ਅਸਲਾਮ ਅਲੈਕੁਮ ਸਰ ਲਾਜੀ ਐ ਜੇ ਮੇਰੀ ਕੁਲੀਗਸ ਹਾਂਜੀ ਸਰ ਕਟਾਇ ਲੈਣ ਚੱਲੀ ਹੈ ਨਾਲ ਅੰਮੀ ਰੱਖੀ ਸੂ ਅੱਜ ਬਾਹਰ ਆ ਬੱਚਿਆ ਅੱਗੇ ਮੈਂ ਦੋ ਤਿੰਨ ਵਾਰੀ ਬੱਚਿਆ तेन स्विट्जरलैंड खड़ के गोया करावा अपनी तेरी सारी फैमिली पट्ठे ते कह दे ਫੁੱਲ ਸਹੀ ਹੈ ਨਾ ਪੂਰਾ
ਹਵੇਲੀ ਅੱਛਾ ਤੁਹਾਨੂੰ ਲੱਗ ਨਹੀਂ ਰਿਹਾ ਕਿ ਜਿਵੇਂ ਇਹਦਾ ਨਾਂ ਹੈਗਾ ਸ਼ਮਾਉਨ ਸਿਰਫ ਇੱਕ ਬਾਂਸ ਕੋਈ ਨਹੀਂ ਹੈਗਾ ਇੱਕ ਖੁਰਪੀ ਨਹੀਂ ਹੈਗੀ ਔਰ ਤਜ਼ਾਬ ਦੀ ਬੋਤਲ ਮਿਸਰ ਦਾ ਹੁਸਨ ਜੀ ਫਿਰ ਉਹ ਦੀ ਨਿੱਕੀ ਭੈਣ ਜ਼ਬੂਕਾ ਦਾ ਬੱਚਾ ਜੀ ਓਏ ਓਏ ਸਾਨੂੰ ਦੱਸੇ ਤੂੰ ਗੂਗਲ ਤੇ ਪਾ ਲੈ ਇਹ ਦੱਸਾ ਕਿਸੇ ਅਵਾਗਮ ਔਰਤ ਦੇ ਬੱਚਿਆ ਆਪਣੀ ਜਨਾਨੀ ਜ਼ਰਾ ਉਹਨਾਂ ਘਰ ਲੈ ਆ ਤੂੰ ਆਪਣੇ ਵਾਲੀ ਘਰ ਲੈ ਯਾਰ ਸਾਨੂੰ ਵੀ ਟੇਸ ਚੇਂਜ ਕਰਨ ਦਿਓ ਜਾਨੀ ਮੇਰਾ ਉਧਰ ਸਰ ਕੋਈ ਐਸੀ ਗੱਲ ਨਹੀਂ ਮੈਂ ਇੱਥੇ ਹੀ ਹਾਂ ਸ਼ਬਾਨਾ ਸਰ ਮੇਰੀ ਗੱਲ ਸੁਣੋ ਤੁਸੀਂ ਮੇਰਾ ਨਾਮ ਹੀ ਭੁੱਲ ਗਏ ਇੰਨੀਆਂ ਕੁੜੀਆਂ ਨੂੰ ਮਿਲਦੇ ਹੋ ਸੱਚੀ ਮੇਰਾ ਨਾਮ ਸੀਮੀ ਹੈ ਉਹ ਸੀਮੀ ਕੀ ਹੋ ਗਿਆ ਤੇ ਹਾਂਜੀ ਸੀਮੀ ਨਾ ਤੇਰਾ ਛੋਟਾ ਜਿਹਾ ਤੇ ਉਹ ਤੇ ਸੀਮੂ ਲੱਗ ਰਿਹਾ ਸਰ ਉਹ ਮੇਰੀ ਆਈ ਸੋ ਆ ਜਾਓ ਉੱਠੋ ਜੀ ਵਾ 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 ਵੇਣਾ ਅੰਜ ਲੱਗਦਾ 5 ਕਿਲੋ ਵਾਲੇ ਛੱਪ ਚ 10 ਕਿਲੋ ਸੌਦਾ ਤੁੰਨ ਕੇ ਪਾਇਆ ਇਹਦਾ ਡਾਇਲੌਗ ਹਿੱਟ ਹੋਇਆ ਸੀ ਟਿਕਟੌਕ ਤੇ ਆ ਲੋ ਬੰਦੇ ਭੂ ਨਿਕਲ ਗਿਆ जहाज तेल पाओ मरे तू क्या बात है इधर देखिएगा सुभान अल्लाह क्या चेहरा है उठ बाथरूम चल उठ ਔਰ ਰਾਸ਼ ਵਿੱਚ ਮੂੰਹ ਦੇ ਕੇ ਸਭ ਤੋਂ ਪਹਿਲੀ ਲਾਹਨਤ ਲੈਣ ਵਾਲਿਆ
खास गल नहीं हुई, क्या बात है, खुसरन चपेड़ बजी होती उधर देखो। ਬੱਬਰ ਸ਼ੇਰ
ਇਹ ਵਾਲਦਾ ਚੁਦਰਾ ਨਹੀਂ ਕਰਦੀ ਤੇ ਸ਼ੇਰ ਪਾਉਂਦੇ ਵੀ ਤੁਸੀਂ ਲਿਖੋ ਇਸਮਾਇਲ ਸਾਹਿਬ ਇਹ ਸ਼ੇਰ ਨਹੀਂ ਹੈਗਾ ਕੁੱਤੇ ਨੂੰ ਮਹਿੰਦੀ ਲਾਈ ਹੈ लिलो तुसी मैनू कहंदे हो मैनू कबर दे ब्रैकेट विच लिखे हो ना हाय नूं थोड़ा लम्मा करो उही छोटा करो जनाब हाय लम्बा उही छोटा जी सर 53,000 रुपया दे पैसे की गल कोई नहीं जनाब मेरे पुत्र भी नाल जाना दो टिकटा दो पुत्र नु भी बुलाओ ना करे बुला बेटा उलझन बेटा जमया जी खरोड़ च कटिया जी वो जरा कहते ना चौधरी लद्दा पूरा लड़े के अद्धा वो अद्धा ए वे है ही सारी दुनिया का फेस देखने नूं दिल करदा एदा मार्शल इंज वखी पर इंज लगदा सियाने बंदे दी किती इमरान खान उते आप कोई नहीं बुला रहा तेनू वैसे राणा साहब गल करां खान साहब ने भी की सिस्टम बनाता है बंदे ने पहले वोट दिता सी भी फरिश्ता है हूँ पता लगा मौत है ਉਹਦਾ ਆਪਣਾ ਲਾਕਡਾਊਨ ਹੋ ਰਿਹਾ ਹੈ ਉਜਦੇ ਹੀ ਲੱਗਦਾ ਉਹਦਾ ਆਪਣਾ ਸਭ ਸੌਖੇ ਦਿਨ ਨਹੀਂ ਆਉਣਗੇ ਇਨਸ਼ਾਅੱਲਾ ਜਿਹੜਾ ਆਵੇ ਉਹ ਇੱਜ਼ਤ ਕਰੋ ਬਸ 150 ਬਿਲਕੁਲ ਉਹ ਨਾ ਸਾਡੇ ਆਸੇ ਨਹੀਂ ਸਾਹਿਬ ਵੀ ਐਸੀ ਨੇ ਸਾਡੇ ਆਸੇ ਜਿਹੜਾ ਮਰਜ਼ੀ ਆ ਜਾਵੇ ਸਾਡੇ ਆਸੇ ਸਾਹਿਬ ਨੇ ਆਉਣਾ ਛੇ ਬਸ ਜਿਹੜਾ ਮਰਜ਼ੀ ਆ ਜਾਵੇ ਬਸ ਲਾਕਡਾਊਨ ਨਾ ਕਰੇ ਨਹੀਂ ਤੇ ਸਨਕਾਰ ਮੰਗਦੇ ਮੈਨੂੰ ਬਹੁਤ ਬੁਰੇ ਲੱਗਦੇ ਨਹੀਂ ਖਾਨ ਸਾਹਿਬ ਨੇ ਕੰਮ ਬੜੇ ਅੱਛੇ ਕੀਤੇ ਨੇ ਇਹ ਜਿਹੜੀ ਸਿੱਖਾਂ ਦੀ ਰਾਹਦਾਰੀ ਖੋਲੀ ਕਿੰਨਾ ਚੰਗਾ ਕੰਮ ਕੀਤਾ ਤੇ ਖੋਲ ਉਹਨੇ ਸਾਡੀ ਵੀ ਦਿੱਤੀ ਹੈ ਹੁਣ ਨਾ ਉਹ ਲੱਭ ਕੇ ਖੋਲ ਰਿਹਾ ਕਿ ਕਿਹੜੀ ਖੋਲਣ ਵਾਲੀ ਸਾਡੇ ਮਜ਼ਹਬ 'ਚ ਮਰਦਾਂ ਤੇ ਸੋਨਾ ਹਰਾਮ ਹੈ ਤੂੰ ਨੇ ਇੰਨਾ ਮਹਿੰਗਾ ਕਰਕੇ ਔਰਤਾਂ ਤੇ ਵੀ ਹਰਾਮ ਕਰ ਦਿੱਤਾ ਤੁਹਾਡੇ ਤੇ ਔਰਤ ਵੀ ਨਹੀਂ ਹਰਾਮ ਓਏ ਤੁਹਾਨੂੰ ਪਤਾ ਕਿਹੜੀ ਕੌਮ ਦਾ ਬੰਦਾ ਹੈ ਉਹ ਦੱਸ ਬੈਠਾ पिछे जहाज जाता ही नहीं अगे ले लो तेन ते अपनी पई है
चोरी वर्गा बंदा काम है तो चित्र खा के कह रहा इनकी तनखा रही थी लो जी दो टिकटां ने तड़ियां एक एक कतर ते एक एक पत्तर तुसे कतर ते बैना के पत्तर ने ना पत्तर ते बैना आखरी ते लैना बड़ा मजा आने तनु तू जा करना ओए अच्छा की ओथे मेरे इतनीयां पिछियां अच्छा हाय हाय नीनीयां कछियां पा हाय हाय ओथे शाह सानू को मुंह ना लावे इत्थो तो देओ एक मोहतरा में पहले भी अच्छा जहाज जेड़ा ना ताडा ओ 45 घंटे ले हां जी ओ चलो मीटिंग इधर आओ चंगी गल पुत जाना जरूर है हां बै जाए ठीक है तो फैल ले आजी साहब पुत्रों अगो ए लवाओ नहीं तो मेरे को ड्रामा नहीं जी होना सर देखिए देखिए सर तुम पता है इस वास्ते कुड़ियां चेंज कर दा जे हां है हां जी सर सर मैंने चन्योर जाना शासनी की मंगवा दे मुझे ਤੁਹਾਡੇ ਆਸੇ ਸ਼ੈਸ਼ਲੇ ਨਹੀਂ ਹੈਗੀ ਤੁਹਾਡੇ ਆਸੇ ਇੱਕ ਚਾਈਨੀ ਡਿਸ਼ ਹੈਗੀ ਹੈ ਗੋਏ ਤੇ ਖੰਡ ਪਾ ਕੇ ਲੈ ਆਉਂਦੇ ਆ ਤਾਂ ਕਿ ਤੁਹਾਡੇ ਦਾ ਹਲਕਾ ਜਿਹਾ ਟੇਸਟ ਬਣ ਜਾਵੇ ਉਹ ਭਾਬੀ ਉਹਨੇ ਨਹੀਂ ਆਣਾ ਦੂਜਾ ਬੰਦਾ ਬਾਹਰ ਹੁਣ ਸਾਨੂੰ ਵਾਰੀ ਵਾਰੀ ਕੱਲੇਗਾ ਉਹ ਆ ਬੇ ਮੰਮੀ ਕਾ ਮੂੰਹ ਤੇ ਬਾਹਰ ਹੀ ਨਹੀਂ ਮਾਰਿਆ ਬੱਚਿਆ अपनी एयरलाइन चला चलान तो दिया और मेरे साथ जहाज अरे की चलाउन दे तू हाथ बार काट सर तनु पता है मेरा जहाज हमेशा इस रात तेनु ते पता तू ते जहाज कई अज वेखे तू ते जहाज दे मुंह मोड़ छड़े ने सर बल्कि जहाज ते बैठी है जहाज इंज चुके गयो मैं मर गया नु लाओ कई जहाज तेनु वेख के तू बहन लगनी है ते ए जा रहे होंदा ओ मैं नहीं बनना घर बल्कि कई जहाज ने तो टाई ला ली ਕੀ ਹੋਇਆ ਮੈਂ ਵੀ ਲਾਈ ਏ ਪਾਗਲ ਲਿਆ ਪੁੱਤਰਾ ਕਈ ਜਹਾਜ਼ਾਂ ਨੇ ਤੂੰ ਹੈਲੀਕਾਪਟਰ ਏ ਮੈਂ ਹੈਲੀਕਾਪਟਰ ਆ ਮੈਂ ਤੁਹਾਡੇ ਲਈ ਉੱਡਣਾ ਆਪਾਂ ਮੈਂ ਦੁੱਧ ਪੀਣਾ ਆਪਾਂ ਇਹਦੇ ਮਾਂ ਨੂੰ ਕਹਿ ਜਾ ਕੇ ਇੱਕ ਮਿੰਟ ਜਾ ਰਹੇ ਕਿਹੜੀ ਹੈ ਓਏ ਤੁਸੀਂ ਕੱਤ ਬੜੀ ਚੁੱਕਦੇ ਹੋ ਪਿਓ ਦਾ ਵੀ ਨਾ ਜੀ ਪਹਿਲੇ ਉਹਨੂੰ ਆਪਸ਼ਨ ਤੇ ਦੇ ਤੇਰੀ
ਕਹਿੰਦੇ ਅੰਦਰੂਨੀ ਭਾਨੇ ਨਾ ਦੇ ਦੇ ਹਾਏ ਹਾਏ ਅਸਲਾਮ ਅਲੈਕੁਮ ਵਾਲੇਕੁਮ ਅਸਲਾਮ ਆਪਕੀ ਆਈਸ ਥੈਂਕ ਯੂ ਔਸਮ ਹਾਓ ਰੀਲੀ ਆਪਕੇ ਗਾਲ ਹਾਓ ਸਵੀਟ ਡਿਲੀਸ਼ੀਅਸ ਥੈਂਕ ਯੂ ਆਪਕੇ ਬੂਲ ਯਾ ਯਾ ਥੈਂਕ ਯੂ ਗੋਰਜੀਅਸ ਥੈਂਕ ਯੂ ਆਪਕੀ ਧਾਨ Fabulous! Fabulous! Thank you. आपके सॉफ्टवेयर बाल बाल अन्नी माँ दे बच्चे सॉफ्टवेयर तो दसी उन्हें मेरे माउस का भी दस है के ऐसे करके of the delicious mouse इनका माउस का मतलब मैं कुड़ी नु ठालो इन्हें मेरा याहू टिला करता जे ताड़ा याहू नहीं टिला आएगा कदी भी तुसी ओदे कोलो गूगल च उंगला मरवाओ बशीर से माम तो मना वो मुंडा जी इधर तो है बात नहीं तीसरा जा रही है चाचू चाचू आपको क्या हुआ सदके तेरी ट्रांसलेशन मेरे ते मर्दी आई होप दैट यू लव मी बट आई यदि नो यू प्लीज गेट आउट आई नो योर नेचर यू आर बंदा बसाएंगे रेडी कटिंग पर आई कम आउट वैसे पहली सेमियां जड़ी दूध दे कोल है अच्छा वो मैं क्या कह रहा था ए सेमियां ने ए सेमियां हां इने जी छोरा पाइए आज आप कह रहे आज आप बन ही गए मैं ना कल छोरा चीर के विच बादाम तुनिया ए ते तेरी को अपना भैन पिटिया को कोशिश ले कोशिश हेलो जिस दिन तेरा निशाना मिस होया ना उस दिन तेरी लड़ी निकल जानी है कौन आ गए
ਸ਼ੁਕਰ ਕਰਦੇ ਨੂੰ ਮੂੰਹ ਲਾਣ ਡਿਆ ਮੈਂ ਵਰਨਾ ਮੈਨੂੰ ਕੌਣ ਲਾਉਂਦਾ ਜੀ ਹੈਲੋ ਵੈਲਕਮ ਮੈਮ ਥੈਂਕ ਯੂ ਕੋਈ ਹੈਲਪ ਯਾ ਮੈਂ ਟਿਕਟਸ ਆਨਲਾਈਨ ਬੁੱਕ ਕਰਵਾ ਦੇ ਰਹੀ ਹਾਂ ਆਪਕਾ ਨੇਮ ਸਨਾ ਖਾਨ ਸਨਾ ਖਾਨ ਜੀ ਤੋ ਇਹ ਜੋ ਨਾਲ ਖਾਨ ਹੈ ਇਸਨੇ ਵੀ ਜਾਣਾ ਹੈ किड्डा कबाड़ा होएगा सब तो पहला माड़े ही उस घर के गरीब मरासी कि पकाना कुकड़ा के पंजे लिया अगर रात के नौ बज गया हांडी पकाना से पैसा कौन नहीं रात के दस बजे सारे जी उन्होंने कड़ाके कड़ूके कट के सौ गया उतो जिस इलाके माड़े का यह वे ना सची मुची एडी एडिया गलिया ने थोड़ा तो मुर्दा मर जाए थलार के थर दे ना जी खुदा की कुदरत वेखो उन्हें चू एक पंजा तुम गल सुना रहे अच्छा। बुशरा जी मैं चाचू आपको कोई अंदर से प्रॉब्लम है इन्हू लागा लगा है मेरी टिकट दे लाए तेन राम ओना ते आ दिया 23,000 आपके आए हुए हैं ते बाकी 37,000 दे दे तो आपको मैं टिकट दे दूं अपनी जिम्मेदारी पे हाँ दे ठीक है फिर अंदर बैठे लॉन्च में तो तीन बंदे आएंगे बुरा ना मनाना और तू की पहन पे हां बनाए गंदा कर नहीं मैडम ये ध्यान ना पैना पहले भी एक कुड़ी ने ना ये छापर चाड़ ले चाचू जी ने बुलाया है उठे हुण मेरा बच्चा होएगा पासपोर्ट मिल जाएगा सलाम अलैकुम यार तुहाडे को फट्टा भी है जानवर भी है 160 रुपये हड्डी तो बगैर ही बेची आओ 160 ਰੁਪਏ ਦੇ ਹੱਡੀ ਤੋਂ ਬਗੈਰ ਕਿੰਨਾ ਸਸਤਾ 3-400 ਦੀ ਗੱਲ ਅੱਛਾ ਜੀ ਯੈਸ ਜੀ ਕੌਣ ਆ ਤੁਸੀਂ ਅਫਸਰ ਯੈਸ ਇਹ ਹਮਾਰੀ 에ਅਰਲਾਈਨ ਹੈ ਅੱਛਾ ਅੱਛਾ ਸ਼ਿਆਲ 에ਅਰਲਾਈਨ ਵਰਨਾ 에ਅਰਪੋਰਟ ਤੇ ਚੂਹੇ ਮਣਾ ਨੇ ਤੇ ਕਹਿਣ ਕੌਣ ਦੇ ਅੰਡਰਟੇਕਰ ਮੈਨੂੰ ਭਾਜੀ ਬਾਹਰ ਦੇ ਮੁਲਕ ਉਹਨਾਂ ਨੇ ਹੁਣ ਮੇਰਾ ਉੱਥੇ ਕਾਕਾ ਵੀ ਹੋਏਗਾ ਤੇ ਮੈਨੂੰ ਉੱਥੇ ਦਾ ਪਾਸਪੋਰਟ ਮਿਲ ਜਾਣਾ ਮੇਰਾ ਸਮਾਨ ਗੁਆਚ ਗਿਆ ਭਾਜੀ ਵੇਖੋ ਜ਼ਰਾ ਤੁਹਾਡੀ ਹੋਣ ਵਾਲੀ ਭੈਣ ਘਰ ਮਸਲਾ ਹੈ ਇਹ ਤੁਹਾਡਾ ਭਾਂਜਾ ਦੁਨੀਆਂ ਤੇ ਆਉਣ ਵਾਲਾ ਹੈ ਸਾਡਾ ਤੇਰਾ ਕੀ ਤਾਂ ਲੱਗਿਆ ਤੂੰ ਫਿਰ ਫਸਟ ਟਾਈਮ ਮੈਨੇ ਮੇਰੀ ਕਿਤੋਂ ਭੈਣ ਲੱਗੀ ਹੈ ਹਾਂ ਭਾਜੀ ਵਾਹ ਟਿਕਟ ਬੁੱਕ ਕਰਨ ਲੱਗੇ ਤਾਂ ਤੁਸੀਂ ਇੰਜ ਕਰਦੇ ਹੋ ਜਿਵੇਂ ਅਸੀਂ ਤੁਹਾਡੇ ਭਣਵਈਏ ਆ ਕਾਰੋਬਾਰੀ ਤਕਾਜ਼ਿਆਂ ਦੇ ਰੂਲ ਕੁਝ ਹੋਰ ਹੁੰਦੇ ਨੇ ਤੇ ਫਿਰ ਆਉਣ ਵਾਲੇ ਨੂੰ ਸਿਸਟਰ ਬਾਜੀ ਕਹਿਣਾ ਪੈਂਦਾ ਨਾ ਤੇ ਕਹਿ ਛੜਾ ਇੱਕ ਵਾਰੀ ਹੁਣ ਅਸਲਾਮ ਅਲੈਕੁਮ ਜੀ ਵਾਲੇਕੁਮ ਅਸਲਾਮ ਸਰ ਹੁਕਮ ਛੁਆਰਾ ਹੈ ਤਾਂ ਸ਼ੁਰੂ ਹੋ ਗਿਆ ਮੈਡਮ ਜੀ ਬੈਠੋ ਹੋਰ ਸਭ ਖੈਰ ਹੈ ਅੱਲਾ ਤੇ ਤੁਹਾਨੂੰ ਇੱਥੇ ਤਨਖਾਹ ਸਿਰਫ ਮੁੱਠ ਬੰਦ ਕਰਨ ਦੀ ਮਿਲ ਰਹੀ चमले जान यार वेखो तो सही भांजा दुनिया जान चीजा ने बीबा ने साडे केड़े भणेवे होए
एयरपोर्ट के मोची भी भाया अच्छा भाई ना भाई इन मैं हूं सावधानी मेहर उठ मिल फिर कोई ऐसी दा काम करना भनेवा तेरा दुनिया च आने वाला बावा या अच्छा भाई ना तुसी ऐनक भी रखी दुबई वेल्डर दे वीजे ते चले जेड़ा स्वाद ते मालम जब्बे मजे ले ने फल बाहर आने वाला यार वेखो भाई भैन ताडी सिरी जे भरावा तू दहाई का भी जानता हो तेरा हाथ नहीं लुआना काश कितने ऐहो जी हालत कितने ओदी भी होवे ना मुशरा दी ओए मैं मर गई ना ओए ना ओए ना भैन नु चंदा पै गई ने यार बड़ाई किसे बिल्कुल मदम रिदम दे विच डांस करना लिया होता बच्चा साडा सफर किड्डा सौखा लंघना अमला तेनु सजी मुजी भैन मान गए है खलोवो असी जी ड्यूटी देने भैन दे सिर ते मैं तुसी अपना समान लो कोई भी तकलीफ होवे फौरन वेपर ते कपड़ा चाल लेना ठीक है हमदर्द साहब तुसी बह के ना अपनी सवारियां चाड़ो चिटे रंग का सूट पहना हुआ हाँ तो उनका क्या समान था आपका मूह वर्गा फीडर है मेरी बुड्ढी का ढिड मल दे चलो ठीक लभ रहा है जिंदगी इत बस असि जहाज से बह जाना हूं अच्छा तू कुछ कहना बुशरा नू या मैं कहना उस वे कहती संजान एक दफा और हो जाए ओ वेखो भैन ताडी बहुत
ਸੀਰੀਅਸ ਹੈ ਦੇਖ ਲੈ ਤੂੰ ਤੈਨੂੰ ਇੰਨੀ ਗੱਲ ਨਹੀਂ ਹੱਥ ਹੀ ਬਦਲ ਲੈ ਸਾਲੀਏ ਇੱਥੇ ਰੱਖ ਲੈ ਅੱਛਾ ਯਾਰ ਚੌਧਰੀ ਤੇਰਾ ਜਿੱਡਾ ਵੱਡਾ ਢੇਡ ਤੇ ਜੀ ਜੀ ਬਾਥਰੂਮ 'ਚ ਤੇਰਾ ਹੱਥ ਪਹੁੰਚ ਜਾਂਦਾ ਜੇ ਸੋਟੀ ਦੇ ਕੋਈ ਕਪੜਾ ਕੁਪੜਾ ਲਪੇਟੇ ਆ जिंदगी मेरी इत्थे सीरियस है मेरी जिंदगी तेरा प्यार बड़ी गल असली यही कर सकते बैठो भाए रो वाली रेहड़ी ते तुहाडे वर्गा जनरेटर लगा हुंदा गिर जो भी तेरे तेरे अर का मुंह देखना होगा ना जी अज तो शेरा वाले बाग पहलवान नहीं खुलते हां जी अज तो रुमाली टैट कर दे हां जी वो अकेले कपड़े का लड्डू छोड़ देने ओदे अर का मुंह है तेरा की गल्ला पे करते हो अंदर हां मैं मर गई हां लास बस बस ना तूने टिक्की पे ओए साडे को बंद मैं तेरी पैर कट दे रही है ते ओए एक बाला साडे ना कर सब तो पहले बोली सानू देगा मेरी बुड्ढी है मेरी गां नहीं सुन वाली रोटी खा ली वाह मैनेजर अज तेन उंगल बुरी लग रही है ਹੁਣ ਕੀ ਕਰਨਾ ਜੇ ਸਾਲੀਏ ਉਦੋਂ ਕੁੰਡੀ ਵੀ ਨਹੀਂ ਸਲਾਮ ਦਿੰਦੀ ਵਾਹ ਉਦੋਂ ਭਾਵੇਂ ਉਦੋਂ ਉਦੋਂ ਭਾਵੇਂ ਕਹਿੰਦੇ ਹੋਵੇ ਹਾਜੀ ਹੁਣ ਇਹਨੇ ਕਰੇਸੇ ਐ ਸਾਡਾ ਲੋਕਾਂ ਲਈ ਉੱਠੋ ਜ਼ਿੰਦਗੀ ਕਿੱਥੇ ਲੈ ਚੱਲਣਾ ਅੰਦਰ ਭਾਈ ਮੰਮੇ ਬਹੁਤੇ ਨਹੀਂ ਓਏ ਹੁਣ ਕੀ ਹੋਣਾ ਇਸ ਇਜ਼ ਨਾਟ ਕੂਲ ਹੈਸ ਜਸਟ ਟ੍ਰੈਵਲਡ ਟੂ ਲਰਨ ਔਨ ਅਲਿਟਾਲੀਆ ਫਲਾਈਟ 571 ਡਿਊ ਟੂ ਲੀਵ ਐਟ 12:40 Will any remaining passengers please go immediately to gate 12, where the flight is now closing? Oh, bhai, oh, tada jada sarana paya paad ke room kad la. Oh, lo. Sarana na paadiye meri shirt le la. Nahi yaar, ede te koi nishan lag gaya, fir ki kahega buddi nu main scooter to digga. Jo kuch vi hai. Bushrat. घोड़े बने होंगे ਮੈਂ ਕਿਹਾ ਗੋਸ਼ੀ ਭਾਈ ਘਰ ਆਏ ਨੇ ਬਾਜੀ ਕਹਿੰਦੀ ਘੰਟੇ ਤੱਕ ਆਈ ਉਹਦੇ ਪਿੱਛੇ ਡੰਡਾ ਦੇ ਕੇ ਮੈਪਰ ਬਣਾਇਆ ਐਡਾ ਕਾਲਾ ਐਡਾ ਕਾਲਾ ਮੈਂ ਵੀ ਇਹਦੇ ਘਰ ਗਿਆ ਦਰਵਾਜ਼ਾ ਟਕਾਇਆ ਜੀ ਅੰਮੀ ਆਈ ਮੈਂ ਕਿਹਾ ਅੰਮੀ ਜੀ ਕਾਲਾ ਘਰ ਏ ਇਹਦੇ ਤੋਂ 17ਵਾਂ 18ਵਾਂ ਕਾਲਾ ਨਿਕਲ ਗਿਆ ਤੇ ਕਾਲਾ ਘਰ ਕੋਈ ਨਹੀਂ ਤੁਹਾਡੀ ਔਕਾਤ ਨਹੀਂ ਹੈ ਨਿਊਜ਼ੀਲੈਂਡ ਜਾਣੇ ਕੀ ਯਾਰ ਇੱਕ ਮਿੰਟ ਕਰ ਲੱਗ ਗਟਰ ਦੀ ਮਲਾਈ ਤੁਹਾਡੀ ਬਿਹਤਰੀਨ ਸਵੀਟ ਡਿਸ਼ ਯਾਰ ਦੋਵੇਂ ਤੁਸੀਂ ਆਪਣੇ ਥੋੜੇ ਥੋੜੇ ਨਾ ਉਧਰ ਦਫ਼ਤਰ ਲਾਈਓ ਕਿਉਂ ਕੋਈ ਸਵਾਰੀ ਉਤੋਂ ਤੁਹਾਡੇ ਤੇ ਥੁੱਕ ਨਾ ਨਾ ਦੇ ਸ਼ਟਰ ਅਮੇ ਤੋਂ ਉਹ ਫੇਰ ਆਇਆ ਜੀ ਲਓ ਜੀ ਹੁਣ ਆਇਆ ਜੀ ਉਹ ਸਾਡੇ ਵਾਲਾ ਆ ਰਿਹਾ ਜੀ चीजें थी वो गुम हो गई है प्राइवेट चीजें प्लीज सॉरी मैम इधर आई प्लीज
हेलो लेडीज रूम जी जी वो मैम रेड हाँ बिल्कुल 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 हाँ तो क्या की जब की ब्रांड हो गया नहीं तो किन्ने इंच का छोटा बैग अच्छा मैम आपके बैग में ना एक छोटा बैग है अच्छा जी दो थले कुंडे लगे होंगे जो भी है ना छोटा पर्स टेलीफोन चुक लेन एहसास ना दी शै ही नहीं अंदर भैन ताडी सीरियस मेरा नंबर वेखो मेरा कूपन वेखो तेरा कूपन हेलो लेडीज रूम हाँ जी आ तेरा हो गया वो बंदा कौन है खाला पसलूर चलेगी कोपर बनवाण गए इन्होंने कहा मैं भेड़ जुपान खड़नी तेरा हासा दसन दिया तेरा नागा कोई नहीं हेलो मैम छोड़े और किसे डांसर मार लिया बच्चिया क्या डांसर मारा बच्चा हाय आटा रो करने फटके तेरी प्राइवेसी दे लला लला वेरी नाइस बड़ी गल है जेडे ताडे भनेवे दे पैंपर ने ना ओदे ते भी इंज ही गुड्डे खेडदे ने हले नाइस यार ब्यूटीफुल मैन बड़ी गल है बड़ी गल की तू अपने पासे बड़ी गल है यार असि ते दर्दां पैण डई यार सारे मजे ने खुश होंदे हैं कि बड़ी गल है सोहना लग रहे हैं मेरी बात सुने आपको पता मेरे बैग का आइए मैं पता कर लेता हूं जी करे पता कुड़ी दी स्मार्टनेस ओए पता पता हो रहा है 6 इंच का बैग है जी हां तो कोई नहीं फटकड़ी का ढेला है बीच में क्या ढेला फटकड़ी का नहीं मुझे नहीं नहीं वो शेव नहीं करती उस तरह निकले की निकले देखी की है ये बैग से ना एक गंदी शायद तेरे मुंह अगर ही निकली थापना पा बस मेरी बात सुन ये जो प्लेन है ना ये वाला प्लेन ये वाला प्लेन मैं विंडो वाली सीट पे बैठी थी ये वाला प्लेन है ना ये वाला प्लेन नहीं वो थोड़ा और थले वो प्लेन गांव उंडे है ये प्लेन एंड जांडे है मैं देखो इधर का प्लेन सीधा जा रहा है साडा वेच जा रहा है देखो आपको पता ही मर्द होती है लड़की ब्यूटीफुल होती है जो मर्जी उड़े जिस तरह गले च दर्द दवाई लै कल भी केक रस खा रहा ते थले नहीं जा रहा बाद चो पता लगा टाई बहुत ही टाइट कर बैठा
ਵੈਸੇ ਕਾ ਸੋਨਾ ਓਏ ਸੇ ਕਾਮੀ ਆਇਆ ਚੜਾ ਦਿੰਨੇ ਆ ਤੈਨੂੰ ਬਾਬਾ ਜੀ ਮੈਂ ਚੜਨਾ ਪੁੱਤਰ ਚੜਾ ਨਹੀਂ ਆਇਆ ਕਦੋਂ ਇਹਨਾਂ ਦੇ ਜਨਾਜ਼ੇ ਤੇ ਆਏ ਅਸੀਂ ਤੂੰ ਚੜਨਾ ਭਾਈ ਅੱਪਾ ਜੀ ਮੈਂ ਚੜਦਾਂਗੇ ਪੁੱਤਰ ਚੜ ਜਾਂਦੇ ਆ ਕਦੋਂ ਇਹਨਾਂ ਦੀ ਭੈਣ ਦਾ ਰਿਸ਼ਤਾ ਮੰਗ ਰਹੇ ਆ ਅਸੀਂ ਹੈਲੋ ਹੈਲੋ ਐਕਸਕਿਊਜ਼ ਮੀ ਓ ਜੀ ਅਸਲਾਮ ਅਲੈਕੁਮ ਅਰੇ ਸਾਹਿਬ ਹਾਂ ਜਨਾਬ ਜੀ ਜੀ ਇਟਲੀ ਦੀ ਹੈ ਅੱਪਾ ਜੀ ਮੈਂ ਚੜਨਾ ਪੁੱਤਰ ਮੇਰੇ ਤੇ ਚੜਨਾ ਅੱਛਾ ਜੀ ਇਟਲੀ ਦੀਆਂ ਦੋ ਐਮਰਜੈਂਸੀ ਟਿਕਟਾਂ ਚਾਹੀਦੀ ਅੱਬਾ ਜੀ ਮੈਂ ਜਹਾਜ਼ ਤੇ ਚੜਨਾ ਹੈ ਉਹ ਪੁੱਤਰ ਜਹਾਜ਼ ਨਾਲ ਹੀ ਗੱਲ ਕਰ ਰਹੇ ਆ ਇਹ ਹਲੋ ਇਹ ਸੂਈ ਵਾਲਾ ਜਹਾਜ਼ ਜੇ ਬੱਚਾ ਵੇਲ ਇਹ ਨਾ ਹੋਵੇ ਦਾਦੜ ਫਾਦੜ ਹੋ ਜਾਵੇ ਜੀ ਦੇਖਿਓ ਦੋ ਟਿਕਟਾਂ ਇਟਲੀ ਦੀਆਂ ਐਮਰਜੈਂਸੀ ਐਮਰਜੈਂਸੀ ਆ ਕਿੰਨੀ ਦੀ ਹੋਣੀ ਹੈ ਜੀ ਇਹ ਤੁਹਾਡੀਆਂ ਸਫ਼ਰ ਕਰੋ ਇਨਸ਼ਾਅੱਲਾ ਤੁਹਾਨੂੰ ਮਜ਼ਾ ਆਏ ਕੀ ਨਾਮ ਜੀ ਤੁਹਾਡੀ ਏਅਰਲਾਈਨ ਦਾ ਛੁਹਾਰਾ ਏਅਰਲਾਈਨ ਐਕਚੁਅਲੀ ਹੈ ਇਹ ਛੁਹਾਰਾ ਕੌਣ ਹੈ ਜੀ ਭੈਣ ਪਿੱਟਾ ਓਏ ਜੇ ਤੂੰ ਪੈਸੰਜਰ ਨਾ ਹੋਵੇਂ ਤੇਰੀ ਮੈਂ ਉਹ ਪੈਣ ਕੱਢਾਂ ਜਿਹੜੀ ਉਹਰੇ ਕੀ ਕਰਦੀ ਹੈ ਅੱਛਾ ਨਿਕਲਣੀ ਨਹੀਂ ਅੱਛਾ ਭਾਈ ਜੀ ਤੁਸੀਂ ਵੀ ਆਪਣਾ ਮਰੀਜ਼ ਅੰਦਰ ਜਮਾ ਕਰਾ ਕੇ ਬਾਹਰ ਬੈਠੇ ਹਾਂ ਜੀ ਹਾਂ ਜੀ ਮੈਂ ਚੜਨਾ ਹੈ ਯਾਰ ਅਸੀਂ ਦੋਵਾਂ ਨੇ ਚੜਨਾ ਹੈ ਓਏ ਇੱਕ ਫਿਰ ਤੂੰ ਚੜਾ ਲੈ ਇੱਕ ਮੈਂ ਚੜਾ ਲੈਣਾ ਹੈ ਇੱਕੋ ਸੀਟ ਅੱਪਾ ਜੀ ਆਹੋ ਮੈਂ ਤੇ ਆਪਣਾ ਕੋਠੇ ਤੇ ਚੜਾਵਾਂਗਾ ਹਾਂ ਬਈ ਉਧਰ ਮੈਂ ਨਹੀਂ ਤੇ ਚੜਨਾ ਜਗ੍ਹਾ ਹੀ ਕੋਈ ਨਹੀਂ ਓ ਬਾਜੀ ਮੈਂ ਭਾਲੂ ਲੈ ਲੈ ਅੱਛਾ ਜੀ ਇਟਲੀ ਦੀਆਂ ਦੋ ਟਿਕਟਾਂ ਐਮਰਜੈਂਸੀ ਜੀ ਕਿੱਥੇ ਜਾ ਰਹੇ ਇਟਲੀ ਤੇ ਚੜਨਾ ਕਿੰਨੇ ਮੈਂ ਚੜਨਾ ਮੈਂ ਚੜਨਾ ਮੈਂ ਚੜਨਾ ਅੱਗੇ ਪਹਿਲੇ ਕਿਤੇ ਚੜਾ ਨਹੀਂ ਆਂਦੇ ਉਹ ਜਨਾਬ ਟਿਕਟ ਦੇਊਗੇ ਤੇ ਚੜਾਂਗੇ ਓਏ ਅੱਗੇ ਦੋ ਤਿੰਨ ਵਾਰੀ ਅੱਬੇ ਤੇ ਵੀ ਚੜ ਜੇ ਨਾ ਓ ਨਹੀਂ ਯਾਰ ਲੇਕਿਨ ਟਿਕਟ ਤੁਹਾਨੂੰ 4 ਘੰਟੇ ਪੁੱਤਰ ਓਏ ਅੱਬਾ ਜੀ ਹਾਂ ਮੈਂ ਉਹ ਬਾਲੂ ਲੈ ਉਹ ਪੁੱਤਰ ਫਲੈਟ 4 ਘੰਟੇ ਲੇਟ ਹੈ ਹਾਂ 4 ਘੰਟੇ ਤੂੰ ਇਸੇ ਬਾਲੂ ਤੇ ਚੜਨਾ ਫਿਕਰ ਨਾ ਕਰ ਤੁਸੀਂ ਅੱਛੀ ਨੇ ਅੱਛੀ ਅੱਛਾ ਲੋ ਹਲੋ ਡੋਂਟ ਵਰੀ ਉਹ ਲਹਾਰਾ ਨੇ ਚਲੋ ਕਿੰਨੇ ਦੀ ਟਿਕਟ ਜੀ ਟਿਕਟ ਹੈਗੀ ਜੀ 53000 ਦੇ ਦਿਓ ਦੋ ਦੇ ਦਿਓ ਫੜਾ ਭਾਈ ਦੋ ਮੇਰੇ ਕੋ ਭਾਵੇਂ 100 ਲੈ ਲਓ ਇੰਦੀਆਂ ਪਈਆਂ ਨੇ ਅੱਬਾ ਜੀ ਹਾਂ ਇਹ ਕਿਹੜੀਆਂ ਦਾਲ ਸੇਵੀਆਂ ਪਾ ਕਿੱਥੇ 1 ਮਿੰਟ ਹਾਂ ਆਓ ਜੀ ਕਿੰਨੀ ਕੁ ਤੈਨੂੰ ਕਾਲੀ ਚੜਨੀ ਆਹੋ ਕਾਊਂਟਰ ਪਿੱਛੇ ਆ ਤੈਨੂੰ ਤਾਂ ਮੈਂ ਚੜਾਵਾ ਨਹੀਂ ਇੱਥੇ ਕਿਹੜਾ ਜਾ ਰਿਹਾ ਜੀ ਕਾਊਂਟਰ ਆ ਜੀ ਜਿਹੋ ਜਿਹੇ ਇੱਥੇ ਜਾ ਦੇ ਉਹੋ ਜਿਹੇ ਵੀ ਨਹੀਂ ਜਾਂਦਾ ਇੱਧਰ ਪਿੱਛੇ ਮੈਂ ਛੋਟੇ ਖਿਡੌਣੇ ਵਾਲੇ ਜਹਾਜ਼ ਰੱਖੇ ਨੇ ਸਹੀ ਕਹਿ ਰਹੇ ਸਹੀ ਕਹਿ ਰਹੇ ਇਹ ਮੋਹਤਰਮ ਤੁਸੀਂ ਇੱਥੇ ਇੱਜ਼ਤਦਾਰ ਔਰ ਬਜ਼ੁਰਗ ਆਦਮੀ ਹੋ ਹਾਂਜੀ ਤੁਸੀਂ ਕਿਉਂ ਚੜਨਾ ਬਈ ਸਾਡੇ ਦੋਵਾਂ ਕੋ ਵੀਜ਼ਾ ਹੈ ਇਟਲੀ ਦਾ ਓਏ ਮਾਂ ਇਹ ਦੋਵੇਂ ਨਾ ਪਿਓ ਤੇ ਪੁੱਤਰ ਦੋਵੇਂ ਹਰੇ ਬਚਪਨ ਦੇ ਸ਼ਕੀਨ ਹੈਗੇ ਮੈਡਮ ਐਕਸਕਿਊਜ਼ ਮੀ ਯੈਸ ਆਫ ਕੋਰਸ ਇਨਕੀ ਜ਼ਰਾ ਅਬੀਚ ਮੇ ਆਈ ਬੀਚ ਮੇ ਇਨਕੀ ਜ਼ਰਾ ਪ੍ਰੋਬਲਮ ਸੁਣ ਲਓ ਹੈਲੋ ਓ ਭਾਈ ਐ ਨਹੀਂ ਸੁਣਦੇ ਤੁਸੀਂ ਬੈਗ ਵੇਖ ਲਓ ਭੈਣ ਤੁਹਾਡੀ ਸੀਰੀਅਸ ਹੈ ਉੱਤੇ ਗਾਲਾਂ ਕੱਢਣ ਲੱਗ ਪਏ ਓ ਮੇਰੀ ਭੈਣ ਹੈ ਸਾਰੇ ਕਸਟਮਰ ਹੈਗਾ ਆਪਣੀ ਬੀਵੀ ਨੂੰ ਲੈ ਕੇ ਆਇਆ ਤੇ ਵੇਚਣ ਲੱਗਾ ਆਪਣੇ ਘਰ ਹੀ ਡਿੱਗੇਗਾ ਨਾ ਪ੍ਰਾਏ ਜਹਾਜ਼ ਤੇ ਚੜਨ ਲੱਗੇ ਆ ਕੀ ਕਰਦੇ ਹੋ ਯਾਰ ਆਪਣਾ ਜਹਾਜ਼ ਛੱਡ ਕੇ ਆ ਅੰਦਰ ਮੈਂ ਨਹੀਂ ਇਸ ਜਹਾਜ਼ ਤੇ ਚੜਨਾ ਉੱਤਰ ਤੇਰੇ ਪਿੱਛੋਂ ਦੀ ਉਹ ਮੈਂ ਤੈਨੂੰ ਚੜਾਵਾਂ ਸਾਰੀ ਜ਼ਿੰਦਗੀ ਦਾ ਇਹੋ ਜਿਹਾ ਜਹਾਜ਼ ਵੇਖਿਆ ਹੋਣਾ ਥੋੜਾ ਵੇਟ ਕਰ ਲੈ ਅਸੀਂ ਨਹੀਂ ਕਹਿੰਦੇ ਹੁਣ ਜਹਾਜ਼ ਚੜੀ ਮੈਂ ਜਹਾਜ਼ ਤੇ ਨਹੀਂ ਮੈਂ ਆਪ ਦੋਜ਼ ਵਿੱਚ ਜਾਵਾਂਗਾ
अब्बा जी इटली आप दो से चल मेरी बात सुने, आप थोड़ा वेट कर ले, आपका प्लेन आपको मिल जाएगा। अच्छा कोई चाय काफी कौन ले आएगा जी? ही है इन 5 रुपए बहुते दियो, अपना पिंडो बनवा ले आएगा। नहीं मतलब मैं तेरे से बोतल लेना। नहीं जे तुसी ले आनी फिर आनी दियो। वेटिंग रूम किधर है? ए ना ले जो मैं आना जरा जाना, उसे तुम्हारी बहन भी बैठी है। साडी कित्थों? अब्बा जी जल्दी चलो मैं चढ़ता है। फुफोए तेरी फुफोए है देखा जे ध्यान ना गलत ना चढ़ जाए जे। बात पता क्या है, वो मेरे बैग का पता करवा लिया, उसमें मेरी बहुत सी वो देखे फ्लाइट आई जी भाई एपस रूट टाइम जी। यार मुसाफर ते असी भी हां, मुसाफर ते असी भी हां, जंज दा जहाज है भैन भरा वेन दे लेना। ओ अंग्रेज कच्छे पा के सेवा कट के बैठे अंदर चुई ते 200 साल दी हो गई है। कोशिश कर रहे नहीं चेंज हो रही, कहता मनी चेंज कर देगा। Can you problem with you? Tell me right now. We want to change money. Only problem. अब कॉल दिया बच्चा को क्वेश्चन ही नहीं दोसे यार। इस तकी के मस्त को मज़े के तेरे ज़ूम तो ऐसे हो बने। ऐसा को तो कुछ मज़े। अब उनसे खाला खाला गमला का दरिश्ता माँ बोले रहे हैं। पुत्र मैंने किसान बोले रहे हैं, पुत्र को पछतो शुरू कर दियो। क्या ना बात? जी किस तो करो? अरे तेरी मैं और पैन कड़ी नहीं है जिड़ी सब तो छोटी है। ओ ना गड्डी छा ना ओ मजा नहीं आना। बाबा घूमना करा दो मिनटों में ठंडा करे तुझे घूमे खुसरा सारी रात खजल करे यार बहुत औखरा है जो
हेलो मेरा बैग ढूंढ दे प्लीज प्लीज आप रूम में चलें जी मैं अभी अराउंड नहीं मैं अकेले नहीं जाती मुझे डर लगता है oh. मैं अगर आपके साथ जाऊं तो ये बाद में शिकायत लगा देंगे वो टैटू कसम से मेरा दांत ही लगता नहीं था मां ये तो क्या कर रहे हो तुम क्या के इतने पढ़े लिखे और के वैसे ही मुख्तलिफ बैंड पेश कर रहे हो तुम आपको पता है केआरपीओ के पास आप जितना उनका अपना मोबाइल होता है अले हां जी हां जी सानू पता है कह रहे ने गोशी भी कंजरा वाला मोटा है यार बोझी लिया तुसी पता नहीं घर ही फोन मिला बैठे हो तुसी चलो चलो अपनी जगह पे चलो मिल लेंगे अस्सलाम वालेकुम अस्सलाम अस्सलाम वालेकुम जी सर यूके दी फ्लाइट आ गई जी सर वो ते आके क्लियर भी हो गए सारे कस्टमर चले गए नहीं मेरे बेटे ने आना सी तुहानू याद होएगा सुहेल नाम दा मेरा बेटा 3 साल पहले तुहाडे कोल ही टिकट लई सी हां जी हां जी हां जी हां जी 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 तो आ गए ने जी वो आ रहे हैं मैं उन्हें ही रिसीव कर मैं चेक कर लेना वैसे फ्लाइट सुहेल जी 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 अस्सलाम वालेकुम सुहेल नाम दा कस्टमर जी आ गए सर अच्छा मैं कहना सुहेल सुहेल पुत्र पुत्र मेरे नाल गल कर सुहेल नहीं एक ही कर सुहेल नहीं हो सकता और मैं तो तेरे बड़े चावा नाल भेजिया सी पुत्रा केड़ी हालत नाल मैं मिल लिया सुहेल मैं माफ कर दे पुत्रा मैं माफ कर दे पुत्रा ਅੱਗ ਲਾਵਾ ਇਹੋ ਜਿਹੀ ਸ਼ਾਨ ਸ਼ੌਕਤ ਨੂੰ ਜਦੋਂ ਮੇਰੇ ਘਰ ਦਾ ਚਰਾਗ ਕੀ ਗੱਲ ਕਰ ਦਿੱਤਾ ਮੇਰੇ ਘਰ ਦਾ ਚਰਾਗ ਗੱਲ ਕਰ